بسم اللہ الرحمن الرحیم السلام علیکم ورحمۃ اللہ وبرکاتہ میں ਤੁਹਾਡਾ ਆਪਣਾ वीर ادریس ਜੱਟ YouTube ਚੈਨਲ ਸਾਡੇ ਪੰਜਾਬ ਦੇ ਰੰਗ ਦੀ ਤਰਫੋਂ استاد ਤੋਤਾ استاد ਤੋਤੇ ਦੇ ਕੋਲ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਕਬੱਡੀ ਨੂੰ ਵਕਫ ਕੀਤੀ ਆ ਤੇ ਮੈਂ ਖੁਦ ادریس ਜੱਟ استاد ਹੁਣਾਂ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਨਨ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਕੀਮਤੀ ਟਾਈਮ ਦਿੱਤਾ ਵਾ ਤੇ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਅਸਤਾਨ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਦਾਖ ਕਰਦਾ ਕਿ ਤੁਸੀਂ ਅੱਜ ਮੈਨੂੰ ਟਾਈਮ ਦਿੱਤਾ ਕੋਈ ਐਸਾ ਰੋਲਾ ਨਹੀਂ ਤੁਸੀਂ ਸਾਡੇ ਭਰਾ ਜੇ ਦੋਸਤ ਵੀ ਜੇ ਸ਼ਗਿਰਦ ਵੀ ਜੇ ਤੇ ਕੋਈ ਖਿਆਰ ਹੈ ਜ਼ਿੰਦਗੀ 'ਚ ਬੰਦਾ ਯਾਰਾਂ ਸੱਜਣਾ ਨੂੰ ਟਾਈਮ ਦਿੰਦਾ ਹੀ ਰਹਿੰਦਾ ਵਾ ਤੇ ਦੇਣਾ ਵੀ ਚਾਹੀਦਾ ਇਹਨੂੰ ਇਨਸਾਨੀਅਤ ਕਹਿੰਦੇ ਆ ਜੀ ਮੈਂ ਦੱਸਣਾ ਇਹ ਚਾਹੁੰਦਾ ਵਾਂ ਕਿ ਰਾਤ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਸਵੇਰ ਤਕਰੀਬਨ 11 ਵਜੇ ਦੇ ਸਿਕਰੋਂ ਨਿਕਲਿ ਹੋਣੇ 11 ਵਜੇ ਦੇ ਨਿਕਲੇ ਆ ਤੇ ਹੁਣ ਆਏ ਤਕਰੀਬਨ 10 ਦਾ ਟਾਈਮ ਹੋ ਗਿਆ ਰਾਤ ਦਾ ਤੇ ਉਸਤਾਦ ਉਹਨਾਂ ਦੀ ਕੁਰਬਾਨੀ ਹੈ ਮੇਰੇ ਵਾਸਤੇ ਅਸੀਂ ਬਹੁਤ ਬਹੁਤ ਦੂਰ ਗਏ ਸਾਂ ਇੰਟਰਵਿਊ ਕਰਕੇ ਆਏ ਆ ਤੇ ਮੈਂ ਕਿਹਾ ਵੀ ਹੁਣ ਉਸਤਾਦ ਦਾ ਵੀ ਕਰੀਏ ਕਿਉਂਕਿ ਇਹ ਵੀ ਮਾਸ਼ਾਅੱਲਾ ਕਬੱਡੀ ਪਲੇਅਰ ਆ ਤੇ ਅੱਗੇ ਕਬੱਡੀ ਖਿਲਾਾਰੇ ਆ ਪੁੱਛਦੇ ਆ ਕਦੋਂ ਕਬੱਡੀ ਸ਼ੁਰੂ ਕੀਤੀ ਸੀ ਤੇ ਕਿਹੜੀ ਕਿਹੜੀਆਂ ਮੁਸ਼ਕਲਾਂ ਆਈਆਂ ਸਾਰਾ ਕੁਝ ਪੁੱਛਦੇ ਆ ਅਸਲਾਮ ਵਾਲੇਕਮ ਵਾਲੇਕਮ ਸਲਾਮ ਅੱਛਾ ਉਸਤਾਦ ਜੀ ਇਹ ਦੱਸੋ ਕਿ ਪੀ ਸਭ ਤੋਂ ਪਹਿਲੇ ਤਾਂ ਮੈਨੂੰ ਦੱਸੋ ਤੁਸੀਂ ਕਬੱਡੀ ਸ਼ੁਰੂ ਕਦੋਂ ਕੀਤੀ ਕਬੱਡੀ ਸ਼ੁਰੂ ਤਕਰੀਬਨ ਕੀਤੀ ਪ੍ਰਾਇਮਰੀ ਸਕੂਲ 'ਚ ਪੜਦੇ ਆਂ ਤਕਰੀਬਨ ਸ਼ੁਰੂ ਤੋਂ ਬਾਪ ਨੂੰ ਵੀ ਸ਼ੌਕ ਸੀ ਸਾਨੂੰ ਵੀ ਸ਼ੌਕ ਸੀ ਮੁੰਡਿਆਂ 'ਲ ਵੇ ਵੇ ਕੇ ਉਦੋਂ ਜ਼ਿਆਦਾ ਸ਼ੌਕ ਹੋ ਗਿਆ ਉਦੋਂ ਇਹ ਸੀ ਵੀ ਆਪਣੇ ਬੱਚਿਆਂ ਨੂੰ ਲੋਕ ਬਹੁਤ ਸਾਂਭਦੇ ਸੀ ਹੁਣ ਨਹੀਂ ਤਰਜੀਹ ਦਿੰਦੇ ਹੁਣ ਪੈਸੇ ਨੂੰ ਜਾਂ ਕਾਰੋਬਾਰ ਨੂੰ ਤਰਜੀਹ ਦਿੰਦੇ ਨੇ ਹੁਣ ਇੰਨਾ ਕਮਾਵਾ ਛਾੜ ਕੇ ਕਿ ਨਸ਼ਿਆਂ ਨਾਲ ਨੂੰ ਹੋਰ ਕਮਾਲ ਬੱਚੇ ਪੈਪੂਗੇ ਨੇ ਗਰਾਊਂਡ ਖਾਲੀ ਨੇ ਪਾਕਿਸਤਾਨ ਦੇ ਹੋਰ ਪਾਸਿਆਂ ਨੂੰ ਬੱਚੇ ਤਰਜੀਹ ਦਿੰਦੇ ਨੇ ਗਰਾਊਂਡ ਨਾਲ ਨੂੰ ਕੋਈ ਤਰਜੀਹ ਨਹੀਂ ਦਿੰਦੇ ਮਾਂ ਮਾਈ ਬਾਪ ਵੀ ਮਗਹੀ ਆਈ ਬੇਵਾਂ ਨਹੀਂ ਬਲਕਿ ਉਹਨਾਂ ਕੋ ਫੋੜ ਹੁੰਦੀ ਖਰਾਕ ਉਹ ਬੱਚੇ ਵੀ ਨਹੀਂ ਫਿਰ ਘਰ ਦੇ ਕੋਲ ਦੇ ਮੈਂ ਇਹ ਪਗਾਮ ਦੇਣਾ ਚਾਹਣਾ ਵੀ ਚਲੋ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਬੱਚਿਆਂ ਨੂੰ ਗੇਮ ਦੇ ਕੋ ਕਬੱਡੀ ਆ ਜਾਂ ਫੁੱਟਬਾਲ ਸਪੋਰਟਮੈਨ ਬੱਚੇ ਬਣ ਜਾਣ ਬਹੁਤ ਕਮਾਂ ਤੋਂ ਵੱਜ ਜਾਂਦੇ ਨੇ ਜਾਨ ਵੀ ਅੱਛੀ ਕਰ ਲੈਂਦੇ ਨੇ ਆਪਣਾ ਮਨ ਬਹਿਣ ਉੱਠਣ ਸਹੀ ਉਹਨਾਂ ਦਾ ਹੋ ਜਾਂਦਾ ਬਹੁਤ ਕਮਾਂ ਤੋਂ ਦੂਰ ਹੋ ਜਾਂਦੇ ਆ ਜਦੋਂ ਬੰਦਾ ਸਪੋਰਟਮੈਨ ਬਣਦਾ ਉਹ ਅੱਲਾਹ ਪਾਕ ਗੱਲ ਨੂੰ ਰਿਜੂ ਕਰ ਜਾਂਦਾ ਵਾ ਨਮਾਜ਼ ਵੀ ਪੜਦਾ ਵਾ ਤੋਂ ਬਹੁਤ ਅੱਛੀ ਬਾਜ਼ ਆ ਅੱਛਾ ਉਸਤਾਦ ਜੀ ਇਹ ਦੱਸੋ ਕਿ ਆਪਣਾ ਸ਼ਕੀਲ ਭਾਈ ਸ਼ਕੀਲ ਜੱਟ 320 ਵਾਲਾ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਆ ਉਹਨਾਂ ਦੇ ਨਾਲ ਤੁਹਾਡਾ ਬਹਿਣ ਖਲੋਣ ਬੋਲ ਚਾਲ ਰਹਿਣ ਸੈਣ ਰਵਈਆ ਕਰੈਕਟਰ ਕਿੰਜ ਦਾ ਸੀ ਉਹ ਬਹੁਤ ਅੱਛਾ ਇਨਸਾਨ ਸੀ ਖਲਾਕ ਬਹੁਤ ਸੀ ਉਹਦਾ ਹਰ ਬੰਦੇ ਨੂੰ ਉਸਤਾਦ ਜੀ ਸੀਨੀਅਰ ਨੂੰ ਬਹੁਤ ਹਯਾ ਕਰਦਾ ਸੀ ਉਹਦਾ ਇਨਸਾਨੀਆਤ ਸੀ 플레이ਰ ਬਹੁਤ ਅੱਛਾ ਸੀ 플레이ਰ ਹਰ ਬੰਦਾ ਬਣ ਜਾਂਦਾ ਨਿਸ਼ਾਨ ਬਣਨਾ ਬਹੁਤ ਔਕਾ ਉਸ ਬੰਦੇ ਚ ਖਲਾਕ ਬੜਾ ਸੀ ਇੱਜ਼ਤ ਕਰਦਾ ਹਰ ਬੰਦੇ ਦੀ ਹਯਾ ਕਰਦਾ ਸੀ ਉਹਦੇ ਮੂੰਹ ਤੇ ਕਦੀ ਗੁੱਸਾ ਨਹੀਂ ਸੀ ਜੋ ਕਿਸੇ ਨੇ ਵਾਅਦਾ ਵੀ ਕਰ ਲਾ ਤੋ ਉਹਨੇ ਕਦੀ ਮਹਿਸੂਸ ਨਹੀਂ ਕੀਤਾ ਹਸ ਹਸ ਖੇਡ ਕੇ ਉਹ ਵਕਤ ਗੁਜ਼ਾਰ ਕਰ ਲੈਂਦਾ ਗੁਜ਼ਾਰਾ ਕਰ ਲੈਂਦਾ ਤੇ ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਜਿਹੜਾ ਮਾਂ ਪਿਓ ਦਾ ਤੇ ਆਪਣੇ ਉਸਤਾਦਾਂ ਦਾ ਫਰਮਾ ਬਰਦਾਰ ਆ ਉਹਨੂੰ ਦੁਨੀਆ ਤੇ ਵੀ ਜਿਹੜਾ ਵਾ ਦੁਨੀਆ ਤੇ ਹਾਰ ਨਹੀਂ ਹੈ ਹਾਰ ਨਹੀਂ ਆ ਗਈ ਤੇ ਆਖਿਰ ਵਿੱਚ ਵੀ ਨਹੀਂ ਹੈਗੀ ਆਖਿਰ ਤੇ ਵੀ ਨਹੀਂ ਹੈਗੀ ਅੱਛਾ ਉਸਤਾਦ ਜੀ ਇਹ ਦੱਸੋ ਕਿ ਵੀ ਕਿੰਨਾ ਕੱਚਾ ਪਲੇਅਰ ਸੀ ਕਿੰਨਾ ਕੱਚਾ ਸਟਾਪਰ ਸੀ ਤੁਸੀਂ ਉਹਨਾਂ ਦੇ ਮੈਚ ਵੇਖੇ ਮੈਂ ਉਹਨਾਂ ਦੇ ਬਹੁਤ ਮੈਚ ਵੇਖੇ ਨੇ ਬਹੁਤ ਅੱਛਾ ਸੀ ਤਕਰੀਬਨ ਟੋਬੇ ਦੀ ਉਹ ਸ਼ਾਨ ਸੀ ਮੈਂ ਤੇ ਮੇਰਾ ਦਿਲ ਇਹ ਕਹਿੰਦਾ ਵੀ ਉਹ ਪਾਕਿਸਤਾਨ ਦੀ ਸ਼ਾਨ ਸੀ ਬਹੁਤ ਅੱਛਾ ਇਨਸਾਨ ਸੀ ਪਲੇਅਰ ਬਹੁਤ ਚੰਗਾ ਯੱਗੋਂ ਦੇ ਮਾਪਿਓ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦਾ ਬਹੁਤ ਹਯਾ ਕਰਦਾ ਕਦੀ ਉਹਨੇ ਆਪਣੀ ਮਾਂ ਨੂੰ ਪਿੱਛਾ ਨਹੀਂ ਕੀਤਾ ਤੇ ਮਾਂ ਉਹਨੇ ਕਹਿਣਾ ਵੀ ਪਹਿਲਵਾਨ ਹੀ ਉਹ ਕਹਿੰਦੇ ਸੀ ਉਹ ਪਹਿਲਵਾਨ ਹੈ ਜਿਨਾ ਕਰਿਆ ਕਰੇ ਉਹਨੇ ਆਖਿਆ ਵੀ ਨਹੀਂ ਮਾਂ ਦਾ ਬਹੁਤ ਤਾਬਿਆਦਾਰ ਸੀ ਬਾਪ ਦਾ ਵੀ ਬਹੁਤ ਤਾਬਿਆਦਾਰ ਸੀ ਉਸਤਾਦਾਂ ਦਾ ਵੀ ਬਹੁਤ ਤਾਬਿਆਦਾਰ ਸੀ ਬਲਕਿ ਆਪਣੇ ਤੋਂ ਵੱਡੇ ਸੀਨੀਅਰ ਨੂੰ ਹਰ ਬੰਦੇ ਨੂੰ ਜੋ ਵੀ ਕਬੱਡੀ ਵਾਲਾ ਸੀ ਨਾ ਉਸਤਾਦ ਸੀ ਜਾਂ ਸੀਨੀਅਰ ਸੀ ਉਹ ਬਹੁਤ ਹਯਾ ਕਰਦਾ ਸੀ ਉਸਤਾਦ ਤੋਂ ਬਗੈਰ ਉਹ ਬੋਲਦਾ ਨਹੀਂ ਸੀ ਮਿਹਨਤੀ ਹੀ ਲੜਕਾ ਮਿਹਨਤ ਕੀਤੀ ਅੱਲਾ ਪਾਕ ਨੇ ਇਥੋਂ ਤੱਕਰ ਪਹੁੰਚਾਇਆ ਬਾੜ ਦੇ ਵੀ ਟੂਰ ਲਾ ਕੇ ਇੱਥੇ ਇੰਟਰਨੈਸ਼ਨਲ ਪਲੇਅਰ ਬਣਿਆ ਆਰਮੀ ਦਾ ਪਲੇਅਰ ਸੀ ਬਹੁਤ ਅੱਛਾ ਪਲੇਅਰ ਸੀ ਤੇ ਮੈਂ ਨਾ ਜਿਹੋ ਜਿਹਾ ਉਹ ਅੱਛਾ ਪਲੇਅਰ ਸੀ ਜਿਹੋ ਜਿਹਾ ਉਹ ਇਨਸਾਨ ਸੀ ਮੈਂ ਨਾ ਉਹਦੇ ਵਰਗਾ ਹਰ ਬੰਦਾ ਇਨਸਾਨ ਹੋ ਬਣੇ ਤਾਂ ਉਹ ਜਿਹਾ ਪਲੇਅਰ ਵੀ ਬਣੇ ਮੇਰੇ ਦਿਲ ਦੀ ਦੁਆ ਇਹ ਆ ਅੱਲਾ ਪਾਕ ਜਿਹੜਾ ਸ਼ੌਕ ਰੱਖਦਾ ਸ਼ਕੀਰ ਜੱਟ ਵਰਗਾ ਉਹਨੂੰ ਹਰ ਬੰਦੇ ਨੂੰ ਪਲੇਅਰ ਨੂੰ ਬਣਾਵੇ ਇਨਸਾਨ ਨੂੰ ਬਣਾਵੇ ਪਲੇਅਰ ਨੂੰ ਬਣਾਵੇ ਸਾਡੀਆਂ ਦੁਆਵਾਂ ਵਾ ਤੇ ਸਾਡਾ مشورہ اچھا استاد جی چھوٹے بچیاں ਨੂੰ ਕੁ ਟਿਪਸ ਦੇਣਾ ਚਾਹੁੰਦੇ ਹਾਂ چھوٹے ਬੱਚਿਆਂ ਦਾ ਇਹ ਮੈਨਾਂ ਵੀ ਪੜ੍ਹਨ ਆਪਣਾ ਨਮਾਜ਼ ਪੜ੍ਹਨਾ ਗੇਮ ਕਰਨ ਫੁੱਟਬਾਲ ਖੇਡ ਲੈਣਾ ਹਾਕੀ ਖੇਡ ਲੈਣਾ ਕਬੱਡੀ ਖੇਡ ਲੈਣਾ ਸਪੋਰਟਮੈਨ ਬਣਨਾ ਚਾਹੀਦਾ ਸਪੋਰਟਮੈਨ ਚ ਬੰਦਾ ਜਾਨ ਹੈ ਤੇ ਜਹਾਨ ਹੈ ਜਾਨ ਹੈ ਤਾਂ ਹਰ ਸ਼ੈ ਹੈ ਜੇ ਜਾਨ ਨਹੀਂ ਤਾਂ ਕੁਝ ਵੀ ਨਹੀਂ ਜਦੋਂ ਬੰਦੇ 'ਚ ਜਾਨ ਹੋਏਗੀ, ਰੱਤ ਹੋਏਗੀ ਉਹਨੂੰ ਕਪੜਾ ਮਾੜਾ ਵੀ ਪਾ ਲੇਗਾ ਤੇ ਉਹਨੂੰ ਕਪੜਾ ਸੋਨਾ ਲੱਗੇਗਾ, ਖੂਬਸੂਰਤ ਲੱਗੇਗਾ। ਠੀਕ ਹੈ ਜਨਾਬ ਇਸ ਨਾਲ ਸਾਨੂੰ ਇਜਾਜ਼ਤ ਹੋ ਜ਼ਿੰਦਗੀ ਰਹੀ ਫੇ ਮਿਲਾਂਗੇ। ਅਗਰ ਮੇਰੀ ਵੀਡੀਓ ਅੱਛੀ ਲੱਗੇ ਲਾਇਕ, ਸ਼ੇਅਰ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ ਤਾਂ ਕਿ ਸਬਸਕ੍ਰਾਈਬ ਕਰਨ ਦਾ ਮਕਸਦ ਇਹ ਹੈ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਆਏਗੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗਾ ਫੌਰਨ। ਓਕੇ